ਐਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਹੈਡਲਾਈਨਸ ਦੇ ਨਾਲ ਮੈਂ ਪੁਨੀਤ ਕੌਰ ਅੱਜ ਦੀਆਂ ਖਾਸ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਪੇਸ਼ ਹੈ ਅੱਜ ਦਾ ਖਾਲਸ ਵਿਚਾਰ ਉਦੇਸ਼ ਬਿਨਾ ਜ਼ਿੰਦਗੀ ਊਣੀ ਹੁੰਦੀ ਹੈ ਹੁਣ ਪੇਸ਼ ਨੇ ਅੱਜ ਦੀਆਂ ਖਾਸ ਖਬਰਾਂ ਅੱਜ ਸਵੇਰੇ 10 ਵਜੇ ਮੁਹਾਲੀ 'ਚ ਸਥਿਤ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਫ਼ਤਰ ਮੂਹਰੇ ਕੱਢੀ ਜਾਵੇਗੀ ਰੈਲੀ ਵਿਵਾਦਤ ਕਿਤਾਬਾਂ ਦਾ ਇਹ ਮਾਮਲਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਸਾਰੀ ਸਿੱਖ ਸੰਗਤ ਨੂੰ ਨਵੇਂ ਵਰੇ ਇੱਕ ਚੇਤ ਨਾਨਕ ਸ਼ਾਹੀ ਸੰਮਤ 554 ਦੀ ਦਿੱਤੀ ਵਧਾਈ ਦਿੱਲੀ 'ਚ ਸੰਯੁਕਤ ਕਿਸਾਨ ਮੋਰਚਾ ਨੇ ਆਪਣੀ ਮੀਟਿੰਗ ਵਿੱਚ ਲਏ ਕਈ ਵੱਡੇ ਫੈਸਲੇ 21 ਮਾਰਚ ਨੂੰ ਦੇਸ਼ ਭਰ ਵਿੱਚ ਕੀਤਾ ਜਾਵੇਗਾ ਪ੍ਰਦਰਸ਼ਨ BBMP ਦੇ ਮੁੱਦੇ ਤੇ 25 ਮਾਰਚ ਨੂੰ ਚੰਡੀਗੜ੍ਹ 'ਚ ਕੱਢਿਆ ਜਾਵੇਗਾ ਟਰੈਕਟਰ ਮਾਰਚ ਆਮ ਆਦਮੀ ਪਾਰਟੀ ਦੇ ਆਗੂ ਭਗਵੰਤ ਮਾਨ ਨੇ ਸੰਸਦ ਦੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫਾ ਕਿਹਾ ਸਦਨ ਦੀ ਆਵੇਗੀ ਯਾਦ ਪਰ ਹੁਣ ਨਿਭਾਉਣ ਜਾ ਰਹੇ ਨੇ ਵੱਡੀ ਜ਼ਿੰਮੇਵਾਰੀ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਚਰਨਜੀਤ ਸਿੰਘ ਚੰਨੀ ਤੇ ਕੱਸਿਆ ਨਿਸ਼ਾਨਾ ਕਿਹਾ ਕਰਪਸ਼ਨ ਕਰਦੇ ਰੰਗੇ ਹੱਥੀਂ ਫੜੇ ਗਏ ਨੇ ਚੰਨੀ ਨੇ ਕਿਸੇ ਵੀ ਪੈਸੇ ਦਾ ਨਹੀਂ ਦਿੱਤਾ ਕੋਈ ਵੀ ਹਿਸਾਬ ਰਵਨੀਤ ਬਿੱਟੂ ਨੇ ਨਵਜੋਤ ਸਿੰਘ ਸਿੱਧੂ ਦੇ ਕੱਢੀ ਭੜਾਸ ਕਿਹਾ ਵਰਕਰਾਂ ਦੀ ਨਹੀਂ ਲੀਡਰਾਂ ਦੀ ਹੈ ਹਾਰ ਪਾਰਟੀ 'ਚ ਨਕਲੀ ਲੀਡਰ ਵੜਨ ਦਾ ਕੀਤਾ ਦਾਅਵਾ ਕਾਂਗਰਸੀ ਵਰਕਰਾਂ ਨੂੰ ਤਕੜੇ ਰਹਿਣ ਦੀ ਕੀਤੀ ਅਪੀਲ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਚਰਨਜੀਤ ਸਿੰਘ ਚੰਨੀ ਤੇ ਕੱਸਿਆ ਤੰਜ ਕਿਹਾ ਹਾਦ ਦੇ ਲਈ ਚੰਨੀ ਨੇ ਜ਼ਿੰਮੇਵਾਰ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਨਵਜੋਤ ਸਿੱਧੂ ਖਿਲਾਫ਼ ਹਾਈਕਮਾਂਡ ਨੂੰ ਕਾਰਵਾਈ ਕਰਨ ਦੀ ਕੀਤੀ ਅਪੀਲ ਕਾਂਗਰਸ ਨੇ ਹੰਕਾਰੀ ਸਿੱਧੂ ਤੇ ਭ੍ਰਿਸ਼ਟ ਚੰਨੀ ਦੀ ਪਿੱਠ ਥਾਪੜ ਕੇ ਪੰਜਾਬ 'ਚ ਪੁੱਟੀ ਆਪਣੀ ਕਬਰ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਦੀ ਪੂਰੀ ਤਰ੍ਹਾਂ ਹਾਰ ਲਈ ਗਾਂਧੀਵਾਦੀ ਨੂੰ ਠਹਿਰਾਇਆ ਜ਼ਿੰਮੇਵਾਰ ਸਿਆਸਤ 'ਚ ਚੱਲਦੀ ਰਹਿੰਦੀ ਹੈ ਹਾਰ ਜਿੱਤ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਚੋਣਾਂ ਹਾਰਨ ਤੋਂ ਬਾਅਦ ਦਿੱਤਾ ਬਿਆਨ ਸੀਨੀਅਰ IAS ਅਧਿਕਾਰੀ ਏ ਵੇਨੂ ਪ੍ਰਸਾਦ ਨੇ ਆਮ ਆਦਮੀ ਪਾਰਟੀ ਵੱਲੋਂ CM ਅਹੁਦੇ ਲਈ ਚੁਣੇ ਭਗਵੰਤ ਮਾਨ ਦੇ ਪ੍ਰਿੰਸੀਪਲ ਸੈਕਟਰੀ ਦਾ ਸੰਭਾਲਿਆ ਅਹੁਦਾ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਸਾਰੀ ਮੰਤਰੀ ਮੰਡਲ ਵੱਲੋਂ ਦਿੱਤੇ ਅਸਤੀਫੇ ਸੰਬੰਧੀ ਨੋਟੀਫਿਕੇਸ਼ਨ ਕੀਤਾ ਜਾਰੀ ਬਠਿੰਡਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ KK ਅਗਰਵਾਲ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫਾ ਫਾਜ਼ਿਲਕਾ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ ਸਿਵਲ ਹਸਪਤਾਲ 'ਚ ਮਾਰਿਆ ਛਾਪਾ ਕਈ ਡਾਕਟਰ ਮਿਲੇ ਗੈਰ ਹਾਜ਼ਰ ਪਟਿਆਲਾ ਦੇ ਡਿਵੀਜ਼ਨਲ ਕਮਿਸ਼ਨਰ ਨੇ ਮੁਲਾਜ਼ਮਾਂ ਤੇ ਅਫਸਰਾਂ ਨੂੰ ਦਫ਼ਤਰਾਂ 'ਚ ਸਮੇਂ ਸਿਰ ਹਾਜ਼ਰ ਹੋਣ ਦੇ ਦਿੱਤੇ ਹੁਕਮ ਪਹਿਲ ਦੇ ਆਧਾਰ ਤੇ ਲੋਕਾਂ ਦੇ ਕੰਮ ਕਰਨ ਦੀ ਵੀ ਕੀਤੀ ਤਾਕੀਦ ਕੈਨੇਡਾ ਦੇ ਓਨਟਾਰੀਓ ਸੂਬੇ 'ਚ ਇੱਕ ਸੜਕ ਹਾਦਸੇ 'ਚ 5 ਭਾਰਤੀ ਵਿਦਿਆਰਥੀਆਂ ਦੀ ਹੋਈ ਮੌਤ 2 ਹੋਏ ਜ਼ਖਮੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਘਟਨਾ ਤੇ ਪ੍ਰਗਟਾਇਆ ਦੁੱਖ ਕੇਂਦਰੀ ਸ਼ਹਿਰੀ ਮੰਤਰਾਲੇ ਨੇ ਮੁਲਕ ਦੇ ਹਵਾਈ ਅੱਡਿਆਂ ਤੋਂ ਘਰੇਲੂ ਉਡਾਨਾਂ 'ਚ ਸਫ਼ਰ ਕਰਨ ਵਾਲੇ ਅੰਮ੍ਰਿਤਧਾਰੀ ਯਾਤਰੀਆਂ 'ਤੇ ਕਿਰਪਾਨ ਪਹਿਨ ਕੇ ਸਫ਼ਰ ਕਰਨ 'ਤੇ ਲੱਗੀ ਪਾਬੰਦੀ ਨੂੰ ਹਟਾਇਆ 6 ਇੰਚ ਤੋਂ ਲੰਬੀ ਨਹੀਂ ਹੋਣੀ ਚਾਹੀਦੀ ਯਾਤਰੂਆਂ ਵੱਲੋਂ ਪਹਿਨੀ ਜਾਣ ਵਾਲੀ ਕਿਰਪਾਨ ਪੰਜਾਬ 'ਚ ਭਾਜਪਾ ਨੇ ਫਿਲਮ ਕਸ਼ਮੀਰ ਫਾਈਲਜ਼ ਨੂੰ ਟੈਕਸ ਫਰੀ ਕਰਨ ਦੀ ਕੀਤੀ ਮੰਗ ਹਰਿਆਣਾ ਮੱਧ ਪ੍ਰਦੇਸ਼ ਗੁਜਰਾਤ ਸਮੇਤ ਕਈ ਸੂਬਿਆਂ 'ਚ ਟੈਕਸ ਫਰੀ ਕਸ਼ਮੀਰੀ ਪੰਡਿਤ ਨਾਲ ਵਾਪਰੀਆਂ ਘਟਨਾਵਾਂ 'ਤੇ ਆਧਾਰਿਤ ਹੈ ਫਿਲਮ ਸ਼੍ਰੀ ਅਨੰਦਪੁਰ ਸਾਹਿਬ ਹੋਲੇ ਮਹੱਲੇ 'ਤੇ ਨਤਮਸਤਕ ਹੋਣ ਲਈ ਆ ਰਹੀਆਂ ਸੰਗਤਾਂ ਦੇ ਲਈ 13 ਮਾਰਚ ਤੋਂ 19 ਮਾਰਚ ਤੱਕ ਟੋਲ ਪਲਾਜ਼ੇ ਹੋਏ ਮੁਫ਼ਤ ਸ਼੍ਰੀ ਅਨੰਦਪੁਰ ਸਾਹਿਬ ਦੇ ਵਿਧਾਇਕ ਹਰਜੋਤ ਸਿੰਘ ਬੈਂਸ ਨੇ ਦਿੱਤਾ ਤੋਹਫ਼ਾ ਕਿਸੇ ਵੀ ਤਰ੍ਹਾਂ ਦੇ ਸਾਧਨ ਦਾ ਨਹੀਂ ਲੱਗੇਗਾ ਕੋਈ ਵੀ ਟੋਲ ਟੈਕਸ ਯੂਕਰੇਨ ਦੇ ਰੂਸ ਦੇ ਹਮਲੇ ਦਾ ਅੱਜ ਹੈ 19ਵਾਂ ਦਿਨ ਲੜਾਈ ਸ਼ੁਰੂ ਹੋਣ ਤੋਂ ਬਾਅਦ 17 ਲੱਖ ਲੋਕ ਜਾ ਚੁੱਕੇ ਨੇ ਯੂਕਰੇਨ ਤੋਂ ਪੋਲੈਂਡ ਪੋਲਿਸ਼ ਬਾਰਡਰ ਗਾਰਡ ਏਜੰਸੀ ਨੇ ਕੀਤਾ ਦਾਅਵਾ ਐਤਵਾਰ ਤੇ ਸੋਮਵਾਰ ਨੂੰ ਸਾਰੇ ਯੂਰਪ 'ਚ ਇਕੱਠੇ ਹੋਏ ਹਜ਼ਾਰਾਂ ਲੋਕਾਂ ਨੇ ਕੀਤੇ ਰੋਸ ਪ੍ਰਦਰਸ਼ਨ ਰੂਸ 'ਚ ਵੀ ਹੋਈਆਂ ਛੋਟੀਆਂ ਰੈਲੀਆਂ ਦੁਪਹਿਰ ਤੱਕ ਪੁਲਿਸ ਨੇ 20 ਸ਼ਹਿਰਾਂ 'ਚੋਂ 135 ਲੋਕਾਂ ਨੂੰ ਕੀਤਾ ਗ੍ਰਿਫਤਾਰ ਰੂਸੀ ਫੌਜ ਵੱਲੋਂ ਪੋਲੈਂਡ ਦੀ ਸਰਹੱਦ ਨਾਲ ਲੱਗਦੇ ਪੱਛਮੀ ਯੂਕਰੇਨ 'ਚ ਸਥਿਤ ਇੱਕ ਫੌਜੀ ਸਿਖਲਾਈ ਅੱਡੇ 'ਤੇ ਕੀਤਾ ਗਿਆ ਹਮਲਾ 35 ਵਿਅਕਤੀਆਂ ਦੀ ਹੋਈ ਮੌਤ 134 ਹੋਏ ਜ਼ਖਮੀ ਰੂਸ ਨੇ ਚੇਰਨਿਵ ਸ਼ਹਿਰ 'ਚ ਕੀਤੇ ਮਿਜ਼ਾਈਲ ਹਮਲੇ ਹਮਲਿਆਂ ਨੇ ਰਿਹਾਇਸ਼ੀ ਇਮਾਰਤਾਂ ਲਾਇਬ੍ਰੇਰੀਆਂ ਅਤੇ ਫੈਕਟਰੀਆਂ ਨੂੰ ਬਣਾਇਆ ਨਿਸ਼ਾਨਾ ਆਸਟ੍ਰੇਲੀਆ ਨੇ ਰੂਸ ਦੇ 33 ਅਰਬਪਤੀ ਕਾਰੋਬਾਰੀਆਂ ਅਤੇ ਉਹਨਾਂ ਦੇ ਪਰਿਵਾਰਾਂ 'ਤੇ ਲਾਈਆਂ ਨਵੀਆਂ ਪਾਬੰਦੀਆਂ ਜੇ ਚੀਨ ਨੇ ਰੂਸ ਦੀ ਮਦਦ ਕੀਤੀ ਤਾਂ ਨਤੀਜੇ ਪੈਣਗੇ ਭੁਗਤਣੇ ਅਮਰੀਕਾ ਨੇ ਚੀਨ ਨੂੰ ਦਿੱਤੀ ਚੇਤਾਵਨੀ ਰੂਸ ਨੇ ਚੀਨ ਤੋਂ ਫੌਜੀ ਤੇ ਆਰਥਿਕ ਮਦਦ ਕੀਤੀ ਮੰਗ ਫਾਈਨੈਂਸ਼ੀਅਲ ਟਾਈਮਸ ਤੇ ਨਿਊਯਾਰਕ ਟਾਈਮਸ ਦੀ ਰਿਪੋਰਟ ਨੇ ਕੀਤਾ ਦਾਅਵਾ ਮਹਾਰਾਸ਼ਟਰ 'ਚ 2 ਸੜਕ ਹਾਦਸਿਆਂ 'ਚ 4 ਸ਼ਰਧਾਲੂਆਂ ਸਣੇ 9 ਲੋਕਾਂ ਦੀ ਹੋਈ ਮੌਤ 23 ਹੋਏ ਜ਼ਖਮੀ ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਨਰਾਇਣਪੁਰ ਜ਼ਿਲ੍ਹੇ 'ਚ ਬੀਤੇ ਕੱਲ੍ਹ ਨਕਸਲੀਆਂ ਵੱਲੋਂ ਵਿਸ਼ਾਈ ਬਾਰੂਦੀ ਸੁਰੰਗ 'ਚ ਹੋਇਆ ਧਮਾਕਾ ਇੱਕ ITBP ਜਵਾਨ ਹੋਇਆ ਸ਼ਹੀਦ ਇੱਕ ਹਵਲਦਾਰ ਹੋਇਆ ਜ਼ਖਮੀ
संसद के बजट सैशन का दूजा पड़ाव कल तो होया शुरू। वित्त मंत्री निर्मला सीतारमन ने सदन से जम्मू कश्मीर का बजट किया पेश। हेडलाइंस वेखन वाले सारे दर्शकों का धन्यवाद।